ਮੇਰੇ ਇੱਕ ਦੋਸਤ ਨੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਨੇ ਤੁਸੀਂ ਨਾ ਪਿੰਡ 'ਚ ਰਹਿੰਦੇ ਹੋ ਤੇ ਪਿੰਡ ਅਗਰ ਅਸੀਂ ਮੁਸਬਤ ਸੋਚਾਂਗੇ ਕਿਸੇ ਦੇ ਵਾਸਤੇ ਤੇ ਸਾਡੇ ਜ਼ਿਹਨ ਚ ਮਸਬਲ ਚੀਜ਼ਾਂ ਆਣ ਗਈਆਂ ਤੇ ਸਾਡੀ ਜ਼ਿੰਦਗੀ ਬੜੀ ਕਿ بڑے بڑے ਰਿਸ਼ਤੇ ਦੂਰ ਹੋ ਜਾਂਦੇ ਨੇ بڑے بڑے ਯਾਰ ਬੜੀਆਂ ਬੜੀਆਂ ਯਾਰੀਆਂ ਜਿਹੜੀਆਂ ਨੇ ਟੁੱਟ ਜਾਂਦੀਆਂ ਨੇ ਇੱਕ ਛੋਟੀ ਜਿਹੀ ਗਲਦ ਫੈਮਿਲੀ ਦੀ ਵਜ੍ਹਾ ਤੋਂ ਔਰ ਤੀਸਰਾ ਬੰਦਾ ਜਿਹੜਾ ਵਿੱਚ ਹੁੰਦਾ ਹੈ ਉਹ ਆਪਣੇ ਇਹ ਦੋ ਰਿਸ਼ਤੇ ਜਿਸ ਚੀਜ਼ ਨੂੰ ਤੁਸੀਂ ਬੜਾ ਪਹਾੜ ਸਮਝਦੇ ਹੋ ਕਿ ਬੜਾ ਉੱਚਾ ਪਹਾੜ ਹੈ ਸਾਡੇ ਵਾਸਤੇ ਜਨਾਬ ਬੜੀ ਗਲ ਗਲ ਲੈ ਲਈ ਇਹ ਬੰਦਾ ਸੱਚ ਬੋਰ ਲੈ ਪਿਆ ਤੁਸੀਂ ਜਨਾਬ ਹੁਣ ਤੇ ਇੰਟਰਨੈਟ ਦਾ ਦੌਰ ਹੈ ਉਸੇ ਟਾਈਮ ਫੋਨ ਕਢੋ ਤੁਰਨ ਕਾਲ ਕਰੋਗੇ ਤੁਸੀਂ ਸਾਡੇ ਖਿਲਾਫ ਜਾਂ ਇਹ ਫਲਾਣੇ ਬੰਦੇ ਨਾਲ ਤੁਸੀਂ ਗੱਲ ਕੀਤੀ ਹੈ ਤੇ ਤੁਹਾਨੂੰ ਰਿਜ਼ਲਟ ਜਿਹੜਾ ਹੈ ਨਾ ਉਹ ਜਿਹੜਾ ਨਾ ਜ਼ੀਰੋ ਮਿਲੇਗਾ ਕਿਉਂਕਿ ਮੇਰੀ ਅਜ਼ਮੂਦਾ ਹੈ ਮੇਰੇ ਕੋ ਅਸਲਾਮੁਅਲੈਕੁਮ ਵਾ ਰahmatullahi व ਬਰਕਾਤੁਹ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡਾ ਪੰਜਾਬ ਮੈਂ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਲਾਹ ਤਾਲਾ ਤੁਹਾਨੂੰ ਸਭ ਨੂੰ ਸਲਾਮਤ ਰੱਖੇ ਅੱਲਾਹ ਤਾਲਾ ਬਰਕਤਾਂ ਦਾ ਫਰਮਾਏ ਜਿਦ ਤਨੇ ਵੀ ਸਾਡੇ ਚੈਨਲ ਤੁਸੀਂ ਨਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰੋ ਸ਼ੇਅਰ ਕਰ ਦਿਓ ਅੱਜ ਦਾ ਵਲੋਗ ਸ਼ੁਰੂ ਕਰਨ ਲੱਗਾ ਵਾਂ ਮੇਰੇ ਇੱਕ ਦੋਸਤ ਨੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਨੇ ਤੁਸੀਂ ਨਾ ਪਿੰਡ ਚ ਰਹਿੰਦੇ ਹੋ ਤੇ ਪਿੰਡ ਬੜਾ ਹੀ ਖੂਬਸੂਰਤ ਹੈ ਅਸੀਂ ਵੀਡੀਓ ਵੇਨੇ ਆ ਟਿਕਟਾਕ ਤੇ YouTube ਤੇ ਫਿਰ ਉਸ ਤੋਂ ਬਾਅਦ ਟੈਲੀਵਿਜ਼ਨ ਤੇ ਮਤਲਬ ਕਿ مختلف ਜਗ੍ਹਾ ਤੇ ਅਸੀਂ ਵੀਡੀਓ ਵੇਨੇ ਆ ਸਾਡਾ ਜੰਪਲ ਸ਼ਹਿਰ ਦਾ ਠੀਕ ਹੈ ਨਾ ਅਸੀਂ ਸ਼ਹਿਰ ਦੇ ਰਹਿਣ ਵਾਲੇ ਆ ਲੇਕਿਨ ਪਿੰਡ ਦੀ ਜ਼ਿੰਦਗੀ ਬੜੀ ਮਜ਼ੇਦਾਰ ਹੈ ਬੜੀ ਪੁਰਸਕੂਨ ਹੈ ਬੜਾ ਮਜ਼ਾ ਹੈ ਪਿੰਦੀ ਜ਼ਿੰਦਗੀ ਦੇ ਅੰਦਰ ਨਾ ਮੈਂ ਕਿ ਉਹਦੀ ਕੀ ਵਜ੍ਹਾ ਹੈ ਹਰ ਪਾਸੇ ਹਰਿਆਲੀ ਹੈ ਹਰ ਪਾਸੇ ਜਨਾਬ ਬੜਾ ਤੁਰ ਸਕੂਨ ਮਾਹੌਲ ਹੈ ਬੜਾ ਪਿਆਰਾ 뷰 ਹੈ ਮੈਂ ਕਹਾਂ ਜ਼ਿੰਦਗੀ ਤੁਹਾਡੀ ਉੱਥੇ ਬਹਿ ਕੇ ਵੀ ਪੁਰਸਕੂਨ ਮਜ਼ੇਦਾਰ ਹੋ ਸਕਦੀ ਹੈ ਅਗਰ ਅਸੀਂ ਇਸ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਗੁਜ਼ਾਰੀਏ ਠੀਕ ਹੈ ਨਾ ਇਹ ਚੀਜ਼ਾਂ ਬਿਲਕੁਲ ਹਰਿਆਲੀ ਨਜ਼ਰ ਆ ਰਹੀ ਤੁਹਾਨੂੰ ਠੀਕ ਹੈ ਨਾ ਮੇਰੇ ਤੁਸੀਂ ਸਾਰੇ ਵੇਖਦੇ ਹੋਗੇ ਬੜਾ ਖੂਬਸੂਰਤ 뷰 ਹੈ ਬੜਾ ਖੂਬਸੂਰਤ ਨਜ਼ਾਰਾ ਆ ਰਿਹਾ ਹੈ ਬਿਲਕੁਲ ਗੱਲ ਠੀਕ ਹੈ ਬੜਾ ਖੂਬਸੂਰਤ ਚੀਜ਼ਾਂ ਨੇ ਲੇਕਿਨ ਆਪਣੀ ਜ਼ਿੰਦਗੀ ਨੂੰ ਅਸੀਂ ਜਿੱਥੇ ਰਹਿ ਰਹੇ ਹਾਂ ਉੱਥੇ ਵੀ ਖੂਬਸੂਰਤ ਕਰ ਸਕਦੇ ਹਾਂ ਕਿਸ ਤਰ੍ਹਾਂ ਖੂਬਸੂਰਤ ਕਰ ਸਕਦੇ ਹਾਂ ਅਸੀਂ ਅਸੀਂ ਅਗਰ ਮੰਨਫੀ ਸੋਚਨਾ ਕਿਸੇ ਦੇ ਬਾਰੇ ਛੱਡ ਦਈਏ ਖਾਮ ਖਾ ਆਪਣੇ ਦਿਮਾਗ ਤੇ ਪ੍ਰੈਸ਼ਰ ਜਾਂ ਟੈਨਸ਼ਨ ਜਾਂ ਕੋਈ ਐਸੀ ਚੀਜ਼ ਨੂੰ ਆਪਣੇ ਦਿਮਾਗ ਤੇ ਅਸੀਂ ਮੁਸੱਲਤ ਕਰ ਲਈਏ ਤੇ ਫਿਰ ਸਾਡੀ ਜ਼ਿੰਦਗੀ ਬੜੀ ਮੁਸ਼ਕਲ ਹੋ ਜਾਣੀ ਹੈ ਅਗਰ ਅਸੀਂ ਮੁਸਬਤ ਸੋਚਾਂਗੇ ਕਿਸੇ ਦੇ ਵਾਸਤੇ ਤੇ ਸਾਡੇ ਜ਼ਿਹਨ ਚ ਮਸਬਤ ਚੀਜ਼ਾਂ ਆਣੀਆਂ ਤੇ ਸਾਡੀ ਜ਼ਿੰਦਗੀ ਬੜੀ ਪੁਰ ਸਕੂਨ ਔਰ ਮਜ਼ੇਦਾਰ ਹੋ ਜਾਏਗੀ ਮੈਂ ਇੱਕ ਗੱਲ ਤੁਹਾਨੂੰ ਨਿਸ਼ਾਨ ਕਰਨਾ ਚਾਹੁੰਦਾ ਆਪਣੀ ਜ਼ਿੰਦਗੀ ਆਪਣੀ ਲਾਈਫ ਦੀ ਮੈਂ ਇੱਕ ਨਿਚੋੜ ਪੇਸ਼ ਕਰਨਾ ਚਾਹੁੰਦਾ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਵਾ ਕਿ بڑے بڑے ਰਿਸ਼ਤੇ ਦੂਰ ਹੋ ਜਾਂਦੇ ਨੇ بڑے بڑے ਯਾਰ ਬੜੀਆਂ ਬੜੀਆਂ ਯਾਰੀਆਂ ਜਿਹੜੀਆਂ ਨੇ ਟੁੱਟ ਜਾਂਦੀਆਂ ਨੇ ਇੱਕ ਛੋਟੀ ਜਿਹੀ ਗਲਤਫਹਿਮੀ ਦੀ ਵਜ੍ਹਾ ਤੋਂ ਔਰ ਤੀਸਰਾ ਬੰਦਾ ਜਿਹੜਾ ਵਿੱਚ ਹੁੰਦਾ ਉਹ ਆਪਣੇ ਇਹ ਦੋ ਰਿਸ਼ਤੇਦਾਰ ਨੇ ਉਹਨਾਂ ਦੇ ਵਿੱਚ ਦਰਾੜ ਪਾ ਛੱਡਦਾ ਹੈ ਜਾਂ ਦੋ ਯਾਰ ਨੇ ਉਹਨਾਂ ਦੇ ਵਿੱਚ ਦਰਾੜ ਪਾ ਛੱਡਦਾ ਉਹ ਕਿਸ ਤਰ੍ਹਾਂ ਕਰਦਾ ਹੈ ਉਹ ਕਿਸ ਤਰ੍ਹਾਂ ਕਰਦਾ ਹੈ ਉਹ ਇਸ ਤਰ੍ਹਾਂ ਕਰਦਾ ਹੈ ਕਿ ਜਾ ਕੇ ਕਹਿੰਦਾ ਕਿ ਫਲਾਣ ਨੇ ਉਹ ਤੇਰੇ ਮੁਤਲਕ ਹੀ ਗੱਲ ਕੀਤੀ ਹੈ ਉਹ ਖੁਦ ਹੀ ਉੱਥੇ ਬਹਿ ਕੇ ਉਹ ਯਾਰ ਦੋਸਤ ਜਿਹੜਾ ਨਾ ਯਾਰ ਰਿਸ਼ਤੇਦਾਰ ਉੱਥੇ ਖੁਦ ਹੀ ਬਹਿ ਕੇ ਨਾ ਉਹ ਫੈਸਲਾ ਕਰ ਲੈਂਦੇ ਨੇ ਨਹੀਂ ਉਹਨਾਂ ਵਾਕਿਆ ਕੀਤੀ ਹੋਣੀ ਹੈ ਸਾਡੇ ਨਾਲ ਇਸ ਤਰ੍ਹਾਂ ਹੀ ਗੱਲ ਹੈ ਮੈਂ ਗੱਲ ਕਰਨਾ ਚਾਹੁੰਦਾ ਜਿਸ ਚੀਜ਼ ਨੂੰ ਤੁਸੀਂ ਬੜਾ ਪਹਾੜ ਸਮਝਦੇ ਹੋ ਕਿ ਬੜਾ ਉੱਚਾ ਪਹਾੜ ਹੈ ਸਾਡੇ ਵਾਸਤੇ ਜਨਾਬ ਬੜੀ ਗੱਲ ਗੱਲ ਲੈ ਲਈ ਇਹ ਬੰਦਾ ਸੱਚ ਬੋਰ ਲਿਆ ਪਿਆ ਤੁਸੀਂ ਜਨਾਬ ਹੋਣ ਤੇ ਇੰਟਰਨੈਟ ਦਾ ਦੌਰ ਹੈ ਉਸੇ ਟਾਈਮ ਫੋਨ ਕਢੋ ਤੇ ਉਹਨਾਂ ਨੂੰ ਕਾਲ ਕਰੋ ਕਿ ਤੁਸੀਂ ਸਾਡੇ ਖਿਲਾਫ ਜਾਂ ਇਹ ਫਲਾਣੇ ਬੰਦੇ ਨਾਲ ਤੁਸੀਂ ਗੱਲ ਕੀਤੀ ਹੈ ਤੇ ਤੁਹਾਨੂੰ ਰਿਜ਼ਲਟ ਜਿਹੜਾ ਹੈ ਨਾ ਉਹ ਜਿਹੜਾ ਨਾ ਜ਼ੀਰੋ ਮਿਲੇਗਾ ਕਿਉਂਕਿ ਮੇਰੀ ਅਜ਼ਮੂਦਾ ਹੈ ਮੇਰੇ ਕੋਲ ਇੱਕ ਬੰਦਾ ਆਇਆ ਕਹਿ ਲਾ ਕਿ ਤੁਹਾਡੇ ਮੁਤਲਕ ਫਲਾਣਾ ਬੰਦਾ ਗੱਲ ਪੇ ਕਰਦਾ ਹੈ ਮੈਂ ਫੋਨ ਕੱਢਿਆ ਮੈਂ ਫੋਨ ਕੱਢ ਕੇ ਤੇ ਮਲਾਇਆ ਉਹਨੂੰ ਉਹ ਬੰਦਾ ਮੇਰੇ ਕੋਲ ਰੁਕ ਟੁਰ ਗਿਆ ਤੇ ਜਿਹੜਾ ਇਹ ਚੀਜ਼ਾਂ ਨੇ ਨਾ ਅਸੀਂ ਜਦੋਂ ਮਨਫੀ ਸੋਚਾਂਗੇ ਇਹ ਚੀਜ਼ਾਂ ਜਿਹੜਾ ਆਪਣੇ ਜ਼ਿਹਨ ਤੇ ਅਸੀਂ ਸਵਾਰ ਕਰਾਂਗੇ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਬੜੀ ਦੁਸ਼ਵਾਰ ਮੁਸ਼ਕਲਦਰੀਨ ਐਂ ਇਹ 부জে 부জে ਹੋ ਜਾਣਗੇ ਸਹੀਂ ਅਗਰ ਅਸੀਂ ਮਸਬਤ ਸੋਚਾਂਗੇ ਤਾਂ ਸਾਡੀ ਜ਼ਿੰਦਗੀ ਵੀ ਠੀਕ ਹੋ ਜਾਏਗੀ ਜਿਹੜੇ ਸਾਡੇ ਨਾਲ ਰਹਿੰਦੇ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈ ਨਾ ਬੜੀ ਅੱਛੀ ਪੁਰਲਤਕ ਹੋ ਜਾਏਗੀ ਔਰ ਦੂਸਰੀ ਗੱਲ ਮੈਂ ਕਰਨਾ ਚਾਹਨਾ ਵਾ ਮੇਰੇ ਇੱਕ ਦੋਸਤ ਨੇ ਮੈਨੂੰ ਮੈਸੇਜ ਕੀਤਾ ਜਿਸੇ ਕੋ ਤੁਸੀਂ ਵਲੌਗ ਬਣਾਉਂਦੇ ਹੋ ਤੇ ਤੁਹਾਨੂੰ ਸਾਬ ਬੜਾ ਚੜੇ ਜਾਂਦਾ ਤੋ ਇਹ ਟਾਈਮ ਮਿਲਦਾ ਜਰਾ ਥੋੜਾ ਜਾ ਵਾਕ ਕਰਨ ਦਾ ਵਾਕ ਕਰਨ ਵਾਸਤੇ ਅਸੀਂ ਬਾਹਰ ਨਿਕਲਣਾ ਹਾਂ ਮੈਂ ਠੀਕ ਹੈ ਨਾ ਤੋ ਵਾਕ ਕਰਦੇ ਕਰਦੇ ਨਾਲ ਵਲੌਗ ਵੀ ਬਣਾਈ ਦੈਂ ਤੇ तो गल बातें भी करी रही ठीक है ना तो अल्लाह ताली अगर मैं दुआ करना वा अल्लाह ताल सब जिंदगी पुर लुत्फ बनाए ठीक है ना? पुर सुकून बनाए जड़े मुश्किल के अंदर अल्लाह तला उन्होंने मुश्किल आसान फरमाए और अल्लाह तला जे बीमार ने ना अल्लाह तौला उन्होंने शिफा हताफ फरमाए सर्दी काफ़ी ज़्यादा हो गई है तकरीबन ग्यारह दिन हो गए हैं सूरज नहीं निकलिया ਠੀਕ ਹੈ ਨਾ ਇਸ ਟਾਈਮ ਜਿਹੜਾ ਟੈਂਪਰੇਚਰ ਹੈ ਨਾ ਤਕਰੀਬਨ 6 ਤੋਂ 7 ਟੈਂਪਰੇਚਰ ਚਰ ਰਿਹਾ ਹੈ ਸਰਦੀ ਕਾਫੀ ਜ਼ਿਆਦਾ ਹੈ ਠੰਡ ਬਹੁਤ ਜ਼ਿਆਦਾ ਹੈ ਠੰਡ ਤੋਂ ਬੱਚੋ ਜਿਨਾ ਹੋ ਸਕਦੇ ਹੋ ਅੱਲਾਹ ਤਾਲਾ ਸਾਨੂੰ ਸਭ ਨੂੰ ਆਪਣੀ ਹਿਫਜ਼ੋ ਇਮਾਨ ਦੇ ਅੰਦਰ ਰੱਖੇ ਅੱਲਾਹ ਤਾਲਾ ਤੁਹਾਨੂੰ ਸਭ ਨੂੰ ਸਲਾਮਤ ਰੱਖੇ ਜਿਸ ਵਕਤ ਤੁਸੀਂ ਡਰਾਈਵ ਕਰੋ ਜਿਸ ਵਕਤ ਤੁਸੀਂ ਕਿਧਰੇ ਸਫਰ ਤੇ ਨਿਕਲੋ ਇhtiyat ਕਰੋ ਜਿਤਨੀ ਹੋ ਸਕਦੀ ਹੈ ਅਵਰ ਸਪੀਡ ਨਾਲ ਨਹੀਂ ਜਾਣਾ ਠੀਕ ਹੈ ਨਾ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਕਿ ਜਲਦੀ ਪਹੁੰਚ ਜਾਈਏ ਕਿਤੇ ਨਾ ਕਦੇ ਨਾ ਪਹੁੰਚਣੇ ਸੇ ਦੇਰ ਸੇ ਪਹੁੰਚਣਾ ਤਾਰੇ ਇਸ ਵਾਸਤੇ ਤੁਸੀਂ ਕਦੀ ਵੀ ਇਸ ਨਾ ਕਦਮ ਨਾ ਉਠਾਓ ਅੱਲਾਹ ਤਾਲਾ ਸਭ ਨੂੰ ਆਪਣੀ ਹਿਫਜ਼ੁਮਾਨ ਦੇ ਅੰਦਰ ਰੱਖੇ ਅਗਰ ਇਹ ਵੀਡੀਓ ਅੱਛੀ ਲੱਗੀਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਹਰਬਾਨੀ ਸ਼ੁਕਰੀਆ ਅਸਲਾਮੁਅਲੈਕ